ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ। ਉਹਨਾਂ ਸਰਕਾਰ ਖਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਅਧਿਆਪਕ ਯੂਨੀਅਨ ਦੇ ਆਗੂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਆਪਣੀਆਂ ਹੀ ਨੀਤੀਆਂ ਦੇ ਉਲਟ ਚੱਲ ਰਹੀ ਹੈ, ਜਿਸ ਕਾਰਨ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਨਿਯਮ ਮੁਤਾਬਕ 3 ਸਾਲ ਬਾਅਦ ਕੱਚੇ ਮੁਲਾਜ਼ਮ ਨੂੰ ਪੱਕਾ ਕਰਨਾ ਹੁੰਦਾ ਹੈ, ਪਰ ਸਰਕਾਰ ਆਪਣੇ ਨਿਯਮਾਂ ਦੇ ਉਲਟ ਚੱਲ ਰਹੀ ਹੈ। ਉਹਨਾਂ ਕਿਹਾ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹਨਾਂ ਦਾ ਇਹ ਸੰਘਰਸ਼ ਹੋਰ ਵੀ ਤੇਜ਼ ਹੋ ਜਾਏਗਾ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਹਨਾਂ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਸਰਕਾਰ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਉਹਦਾ ਰੀਜ਼ਨ ਮੇਨ ਇਹ ਸੀਗਾ ਕਿ ਸਾਡੇ ਬਹੁਤ ਸਾਰੇ ਟੀਚਰ ਜਿਹੜੇ SSA ਰਮਸਾ ਦੇ ਅਧੀਨ ਭਰਤੀ ਹੋਏ ਸੀਗੇ 2008 'ਚ, ਉਹਨਾਂ ਨੂੰ ਅਜੇ ਤੱਕ ਸਰਕਾਰ ਨੇ ਕੋਈ ਰੈਗੂਲਰ ਨਹੀਂ ਕੀਤਾ ਗਿਆ, ਜਦੋਂ ਕਿ ਸਰਕਾਰ ਦੀ ਨੀਤੀਆਂ ਦੇ ਮੁਤਾਬਕ ਜਿਹੜਾ ਸੀਗਾ ਉਹ 3 ਸਾਲ ਤੋਂ ਬਾਅਦ ਜਿਹੜਾ ਵਾ ਉਹਨਾਂ ਨੂੰ ਰੈਗੂਲਰ ਕੀਤਾ ਜਾਣਾ ਸੀਗਾ। ਔਰ ਸਾਡੇ ਸਾਥੀ ਲੈਬ ਅਟੈਂਡੈਂਟ ਆ, ਉਹਨਾਂ ਨੂੰ 8-8, 9-9 ਮਹੀਨੇ ਹੋ ਗਏ ਆ, ਜਿਨ੍ਹਾਂ ਨੂੰ ਕਿ ਬਹੁਤ ਹੀ ਘੱਟ ਪੇ ਦਿੱਤੀ ਜਾਂਦੀ ਆ ਔਰ ਉਹਨਾਂ ਦੀਆਂ ਉਹ ਵੀ ਤਨਖਾਹਾਂ ਰੋਕੀਆਂ ਗਈਆਂ। ਅਸੀਂ ਸਿੱਖਿਆ ਮੰਤਰੀ ਜੀ ਨਾਲ 2-3 ਵਾਰੀ ਮੀਟਿੰਗਾਂ ਦੇ ਵਿੱਚ ਇਹ ਗੱਲ ਆਪਣੀ ਰੱਖ ਚੁੱਕੇ ਹਾਂ ਔਰ ਸਾਨੂੰ ਇਹ ਭਰੋਸਾ ਵੀ ਦਵਾਇਆ ਗਿਆ ਕਿ ਤੁਹਾਨੂੰ ਇੰਨੇ 3 ਮਹੀਨੇ ਦੇ ਬਾਅਦ ਜਿਹੜੀ ਇੱਕ ਕਮੇਟੀ ਬਣਾਈ ਗਈ ਆ ਔਰ ਆਪਣੀ ਰਿਪੋਰਟ ਪੇਸ਼ ਕਰੂਗੀ, ਪਰ ਅਜੇ ਤੱਕ ਉਹ ਵੀ ਰਿਪੋਰਟ ਦਾ ਸਾਨੂੰ ਕੋਈ ਵੀ ਜਿਹੜਾ ਵਾ ਉਹ ਰਿਜ਼ਲਟ ਨਹੀਂ ਦਿੱਤਾ ਗਿਆ। ਸੋ ਸਾਡੀ ਇਹੋ ਹੀ ਮੰਗ ਆ ਕਿ ਸਾਨੂੰ ਸਾਰਿਆਂ ਨੂੰ SSA ਰਮਸਾ ਲੈਬ ਅਟੈਂਡੈਂਟ ਇਹਨਾਂ ਸਾਰਿਆਂ ਨੂੰ ਆਪਣੇ ਵਿਭਾਗ 'ਚ ਲੈ ਕੇ ਜਿਹੜਾ ਵਾ ਪੰਜਾਬ ਗੌਰਮੈਂਟ ਦੇ ਅਧੀਨ ਰੈਗੂਲਰ ਕੀਤਾ ਜਾਵੇ। ਸੋ ਅਸੀਂ ਇਹ ਜਿਹੜਾ ਆਪਣਾ ਸੰਘਰਸ਼ ਆ, ਜੇ ਸਰਕਾਰ ਸਾਡੀ ਅੱਗੇ ਵੀ ਗੱਲ ਨਹੀਂ ਮੰਨਦੀ ਤਾਂ ਹੋਰ ਵੀ ਤਿੱਖਾ ਕਰਾਂਗੇ ਔਰ ਵੱਡੇ ਪੱਧਰ 'ਤੇ ਰੈਲੀਆਂ ਕਰਾਂਗੇ। ਤਕਰੀਬਨ 400-500 ਟੀਚਰ ਦੇ ਉੱਤੇ ਜਿਹੜੇ ਪਰਚੇ ਹੋਏ ਆ, ਨਜਾਇਜ਼ ਪਰਚੇ ਆ ਸਰਕਾਰ ਦੇ, ਉਹ ਕੀਤੇ ਗਏ ਆ ਸਾਡੇ 'ਤੇ ਔਰ ਉਹ ਪਰਚਿਆਂ ਨੂੰ ਵੀ ਅਸੀਂ ਰੱਦ ਕਰਾਉਣ ਲਈ ਜਿਹੜਾ ਵਾ ਸੰਘਰਸ਼ ਜਾਰੀ ਰੱਖਾਂਗੇ। ਸੋ ਇੱਕ ਤਨਖਾਹਾਂ, ਦੂਸਰਾ ਰੈਗੂਲਰ ਕਰਨਾ, ਤੀਸਰਾ ਸਾਡੀ ਜਿਹੜੀ ਮੇਨ ਮੰਗ ਆ ਉਹ ਹੈਗੀ ਆ ਪਰਚੇ ਰੱਦ ਕੀਤੇ ਜਾਣ। ਅੰਮ੍ਰਿਤਸਰ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, 5 ਆਪ ਟੁਡੇ।